ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ। ਅੱਜ ਅਸੀਂ ਹਾਂ CP67 ਵਿੱਚ, ਜਿੱਥੇ ਇੱਕ ਪੰਜਾਬੀ ਫਿਲਮ ਬੀਬੀ ਰਜਨੀ ਦਾ ਪ੍ਰੀਮੀਅਰ ਸ਼ੋ ਹੋ ਰਿਹਾ। ਬੀਬੀ ਰਜਨੀ ਇੱਕ ਇਤਿਹਾਸਿਕ ਪੰਜਾਬੀ ਇਤਿਹਾਸ 'ਤੇ ਬਣੀ ਹੈ ਫਿਲਮ, ਜਿਹਦੇ ਵਿੱਚ ਕਿ ਗੁਰਬਾਣੀ ਦੀ ਸ਼ਕਤੀ ਦੇ ਬਾਰੇ ਬਤਾਇਆ ਗਿਆ ਕਿ ਗੁਰਬਾਣੀ 'ਚ ਕਿੰਨੀ ਸ਼ਕਤੀ ਹੈ, ਜਿਹਦੇ ਨਾਲ ਸਾਰੇ ਤੁਹਾਡੇ ਕਸ਼ਟ ਰੋਗ ਸਭ ਦੂਰ ਹੋ ਜਾਂਦੇ ਹਨ। ਆਓ ਦਿਖਾਉਂਦੇ ਹਾਂ ਤੁਹਾਨੂੰ ਪ੍ਰੀਮੀਅਰ ਬੀਬੀ ਰਜਨੀ। ਸਟਾਰ ਕਾਸਟ ਫਿਲਮ ਰਜਨੀ ਦੀ। ਬੇਨਤੀ ਕਰਨਾ ਚਾਹੁੰਦਾ ਕਿ ਸਿਨੇਮਾ ਜਿਹੜਾ ਬਹੁਤ ਅਪ ਹੁੰਦਾ ਜਾ ਰਿਹਾ ਜੀ, ਪਿਛਲੇ ਦਿਨਾਂ 'ਚ ਵੀ ਜਿਹੜੀਆਂ ਫਿਲਮਾਂ ਆਈਆਂ ਉਹਨਾਂ ਨੇ ਵੀ ਇੱਕ ਸਟੈਂਡਰਡ ਸੈੱਟ ਕੀਤਾ, ਔਰ ਵੱਡੀ ਗੱਲ ਇਹ ਹੈ ਕਿ ਉਹ ਆਪਣੇ ਪੱਖ ਨੂੰ, ਆਪਣੇ ਇਤਿਹਾਸ ਨੂੰ ਦੁਹਰਾਉਂਦੀਆਂ ਫਿਲਮਾਂ ਸੀ। ਔਰ ਸਾਡੀ ਇਹ ਸਾਰੀ ਟੀਮ ਦੀ ਬਹੁਤ ਜ਼ਿਆਦਾ, ਤੁਸੀਂ ਦੇਖਦੇ ਰਹੇ ਹੋ, ਤੁਹਾਡਾ ਜੀ 'ਚ ਬਹੁਤ ਵੱਡਾ ਸਾਨੂੰ ਸਾਥ ਮਿਲਦਾ ਰਿਹਾ। ਪੂਰੇ ਪੰਜਾਬ 'ਚ ਨਹੀਂ, ਪੂਰੀ ਦੁਨੀਆ 'ਚ ਇਹ ਟੀਮ ਗਈ ਹੈ, ਸਿਰਫ ਇਸੇ ਕਰਕੇ ਕਿ ਸਾਡਾ ਇਤਿਹਾਸ ਹੈ ਜਿਹੜਾ ਉਹ ਹਰ ਹਾਲ 'ਚ ਜਿਉਂਦਾ ਰਹਿਣਾ ਚਾਹੀਦਾ। ਬੀਬੀ ਰਜਨੀ ਤੋਂ ਜੇ ਸਾਨੂੰ ਸਿੱਖਣਾ ਚਾਹੀਦਾ, ਭਰੋਸਾ ਅਤੇ ਪ੍ਰੇਮ ਸਿੱਖਣਾ ਚਾਹੀਦਾ। ਔਰ ਜਿਹੜਾ ਅਗਲੀ ਜਨਰੇਸ਼ਨ ਜਿਹੜੀ ਸਾਡੀ ਪੀੜ੍ਹੀ ਆ ਰਹੀ ਹੈ, ਸਿਨੇਮਾ ਇੱਕ ਮਾਧਿਅਮ ਹੈ, ਅਸੀਂ ਹਰ ਵਾਰ ਕਹਿੰਦੇ ਹੁੰਦੇ ਹਾਂ ਕਿ ਉਹਨੂੰ ਆਪਣੇ ਇਤਿਹਾਸ ਨਾਲ ਜੋੜਨ ਦਾ, ਇਹ ਫਿਲਮ ਸਾਡੀ ਤਾਂ ਹੀ ਅਸੀਂ ਸੰਪੂਰਨ ਮੰਨਾਂਗੇ ਜੇ ਤੁਸੀਂ ਆਪਣੇ ਬੱਚਿਆਂ ਨੂੰ, ਅਗਲੀ ਜਨਰੇਸ਼ਨ ਨੂੰ ਇਸ ਇਤਿਹਾਸ ਨਾਲ, ਇਸ ਫਿਲਮ ਨਾਲ ਜੋੜੋਗੇ। ਕਿਉਂਕਿ ਜਦੋਂ ਪਿੱਛੇ ਜਾਂਦੇ ਹਾਂ ਆਪਾਂ ਤਾਂ ਗਿਣਤੀ ਦੀਆਂ ਫਿਲਮਾਂ ਨੇ ਜਿਹਨਾਂ ਦਾ ਅੱਜ ਤੱਕ ਜ਼ਿਕਰ ਹੁੰਦਾ ਹੈ, 4 ਸਾਹਿਬਜ਼ਾਦੇ ਵੀ ਆ। ਮੈਨੂੰ ਲੱਗਦਾ ਹੈ ਕਿ ਦੂਜੀ ਫਿਲਮ ਬਣੂਗੀ ਜਿਹਨੂੰ ਦੇਖ ਕੇ ਬਹੁਤ ਲੋਕ ਇੰਸਪਾਇਰ ਹੋਣਗੇ, ਔਰ ਬੱਚੇ ਨੇ ਜਿਹੜੇ ਉਹਨਾਂ ਦਾ ਪਰਮਾਤਮਾ 'ਤੇ ਭਰੋਸਾ ਬਹੁਤ ਬਣੂਗਾ। ਸਾਰੇ ਜਿਹੜੇ ਤੁਸੀਂ ਆਪਣੇ ਪਰਿਵਾਰਾਂ ਨਾਲ ਜਿੱਥੇ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਚਾਹੇ ਕੋਈ ਬਾਹਰਲਿਆਂ ਮੁਲਕਾਂ 'ਚ ਰਹਿੰਦਾ, ਇਸ ਫਿਲਮ ਬਾਰੇ ਆਪ ਮੋਹਰੇ ਆਪਣਾ ਫਰਜ਼ ਔਰ ਜ਼ਿੰਮੇਵਾਰੀ ਸਮਝਦੇ ਹੋਏ ਜ਼ਰੂਰ ਦੱਸਿਓ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਲਓ ਜੀ, ਸਾਡੇ ਇੱਕ ਪ੍ਰੀਮੀਅਰ ਦੇ ਵਿੱਚ ਦੇਖ ਕੇ ਆਏ ਨੇ ਦਰਸ਼ਕ, ਆਈਏ ਇਹਨਾਂ ਨਾਲ ਗੱਲ ਕਰੀਏ। ਕੈਸੀ ਲੱਗੀ ਸਰ ਫਿਲਮ? ਬਹੁਤ ਵਧੀਆ ਫਿਲਮ। ਤੁਸੀਂ ਕਿੱਥੋਂ ਆਏ ਪਿਕਚਰ ਦੇਖਣ ਵਾਸਤੇ? ਮੈਂ ਲੁਧਿਆਣੇ ਤੋਂ ਜੀ। ਸਪੈਸ਼ਲ ਲੁਧਿਆਣੇ ਤੋਂ ਫਿਲਮ ਦੇਖਣ ਦੇ ਆਏ। ਪ੍ਰੀਮੀਅਰ ਦੇਖਣ? ਪ੍ਰੀਮੀਅਰ ਦੇਖਣ ਦੇ ਸੀ। ਕੈਸਾ ਲੱਗਿਆ ਪ੍ਰੀਮੀਅਰ? ਪ੍ਰੀਮੀਅਰ ਸ਼ੋਅ ਬਹੁਤ ਵਧੀਆ, ਯੋਗਰਾਜ ਜੀ ਦਾ ਬਹੁਤ ਵਧੀਆ ਰੋਲ ਰਿਹਾ,
ਔਰ ਬਾਕੀ ਦਾ ਜਿਹੜੇ ਰਜਨੀ ਬਣੀ ਬੀਬੀ ਉਹਦਾ ਵੀ ਰੋਲ ਬਹੁਤ ਵਧੀਆ ਹੈ। ਔਰ ਇਹਦੇ ਜਿਹੜਾ ਗੁਰਬਾਣੀ ਦਾ ਸੰਦੇਸ਼ ਦਿੱਤਾ ਬਈ ਆਪਾਂ ਨੂੰ ਜੋ ਵੀ ਹੁਕਮ ਹੈ ਉਹਦਾ ਮੰਨਣਾ ਚਾਹੀਦਾ ਹੈ। ਸਟਾਰ ਕਾਸਟ ਆ ਰਹੀ ਹੈ, ਬੀਬੀ ਰਜਨੀ ਆ ਗਏ ਨੇ, ਬੀਬੀ ਰਜਨੀ ਦੇ ਦਰਸ਼ਨ ਹੋ ਗਏ। ਹਾਂਜੀ ਹਾਂ, ਬਹੁਤ ਅੱਛਾ ਰੋਲ ਕੀਤਾ, ਬਹੁਤ ਅੱਛਾ ਰੋਲ ਕੀਤਾ ਉਹਨੇ। ਔਰ ਜੋ ਸਿਖਾਇਆ ਵੀ ਆਪਾਂ ਨੂੰ, ਦੇਖੋ ਐਕਟਿੰਗ ਇੰਨੀ ਸੱਚੀ ਲੱਗਦੀ ਹੈ ਨਾ, ਦੇਖ ਕੇ ਆਪਣੇ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਔਰ ਉਹਦਾ ਜੋ ਪਾਣਾ ਉਹ ਆਪਾਂ ਨੂੰ ਮੰਨਣਾ ਚਾਹੀਦਾ। ਸ਼ਰਧਾ ਭਾਵ ਵੀ ਬਣਾਉਂਦੀ ਹੈ, ਸ਼ਰਧਾ ਪਾਣੀ ਦਾ ਵਿੱਚ ਜੋ ਲਿਖਿਆ ਪਾਣਾ ਮੰਨ ਲਈ ਕਹਿੰਦੇ ਜਦੋਂ ਉਹ ਬੇਨੀ ਦਾ ਜਿਹੜਾ ਕੀ ਨਾ ਪਤੀ ਸੀਗਾ ਉਹਨੇ ਦੇਖਿਆ ਖਾਣ ਆ ਰਹੇ ਨਿਕਲ ਰਿਹਾ ਅਤੇ ਉਹਨੇ ਦੇਖਿਆ ਵੀ ਹੰਸ ਬਣ ਰਹੇ ਆ ਅਤੇ ਉਹ ਵੀ ਉੱਥੇ ਚਲਾ ਗਿਆ ਉਹਦੇ ਨਾਲ ਉਦੋਂ ਤੋਂ ਬਣਿਆ ਕਾਗੂ ਹੰਸ ਕਰੇ ਬਈ ਜਿਹੜੇ ਪਰਮਾਤਮਾ ਨੂੰ ਪਾਏ ਅਤੇ ਉਹ ਕਾਵਾਂ ਨੂੰ ਵੀ ਹੰਸ ਬਣਾ ਦਿੰਦਾ ਹੈ। ਹਾਂਜੀ, ਕੈਸੀ ਲੱਗੀ ਸਰ ਪਿਕਚਰ? ਮੇਰਾ ਨਾਮ ਅਭਿਜੋਤ ਜੀ, ਮੈਨੂੰ ਪਿਕਚਰ ਬਹੁਤ ਵਧੀਆ ਲੱਗੀ, ਜਿਹੋ ਜਿਹੀ ਪਿਕਚਰ ਸਾਡੀ ਪੰਜਾਬੀ ਇੰਡਸਟਰੀ ਨੂੰ ਲੋੜ ਸੀ, ਮੈਨੂੰ ਲੱਗਦਾ ਉਹ ਆ ਗਈ ਹੈ ਅਤੇ ਮੈਂ ਹਰੇਕ ਨੂੰ ਅਪੀਲ ਕਰਦਾ ਇਹ ਫਿਲਮ ਸਾਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਕਿਉਂਕਿ ਜਿਹੜੀਆਂ ਫਿਲਮਾਂ ਸਾਡਾ ਇਤਿਹਾਸ ਜੋੜਦੀਆਂ ਸਾਡੇ ਨਾਲ, ਕਿਉਂਕਿ ਅਸੀਂ ਦੇਖ ਰਹੇ ਸੀ ਨਾ ਕਹਾਣੀਆਂ ਵੀ ਦਾਦੀਆਂ ਜਾਂ ਫਿਰ ਆਪਣੀ ਮੰਮੀਆਂ ਜਾਂ ਫਿਰ ਆਪਣੀ ਨਾਨੀਆਂ ਤੋਂ ਸੁਣਦੇ ਸੀ, ਅੱਜ ਅਸਲੀ 'ਚ ਪਤਾ ਚੱਲੀ ਹੈ। ਮੈਂ ਹਰੇਕ ਇਨਸਾਨ ਨੂੰ ਅਪੀਲ ਕਰਦਾ ਇਹ ਫਿਲਮ ਦੇਖੀ ਹੈ, ਜਿਵੇਂ ਕਿ ਸਾਨੂੰ ਇਸ ਕਹਾਣੀ ਵਿੱਚ ਸੱਚਾਈ ਦਿਖਾਈ ਹੈ ਕਿ ਅਸੀਂ ਰੱਬ ਨੂੰ ਕੋਈ ਵੀ ਕੀ ਸੱਚੀ ਸ਼ਰਧਾ ਨਾਲ ਮੰਗਦੇ ਹੋ ਸਾਨੂੰ ਜ਼ਰੂਰ ਮਿਲਦੀ ਹੈ, ਰੱਬ ਦੇ ਨਾਲ ਸਾਨੂੰ ਫਿਲਮ ਜੋੜਦੀ ਹੈ। ਮੇਰੀ ਸਾਰਿਆਂ ਨੂੰ ਅਪੀਲ, ਇੱਕ ਵਾਰ ਫਿਲਮ ਜ਼ਰੂਰ ਦੇਖੀ। ਥੈਂਕ ਯੂ। ਸ੍ਰੀ ਕਰਦਾਰ ਨੇ ਆਪਣੀ ਐਕਟਿੰਗ ਬਹੁਤ ਜ਼ਬਰਦਸਤ ਕੀਤੀ ਹੈ, ਬੰਦਾ ਮਤਲਬ ਕਿ ਪੰਜ ਪੰਜ ਮਿੰਟ ਬਾਅਦ ਇਮੋਸ਼ਨਲ ਹੁੰਦਾ, ਜਿੱਦਾਂ ਆਪਾਂ ਇਮੋਸ਼ਨਲ ਹੁੰਦੇ ਨਹੀਂ, ਆਪਾਂ ਜਨਰਲ ਲਵ ਸਟੋਰੀ ਦੇਖ ਦੇਖ ਕੇ ਅੱਕ ਚੁੱਕੇ ਹਾਂ। ਇਹ ਮਤਲਬ ਧਾਰਮਿਕ ਭਾਵਾਂ ਨਾਲ ਜੁੜੀ ਹੋਈ ਹੈ ਬਹੁਤ ਹੈ, ਬੰਦੇ ਨੂੰ ਹੋਣਾ ਚਾਹੀਦਾ ਸਵੇਰੇ ਉੱਠ ਕੇ ਰੱਬ ਦਾ ਨਾਮ ਲਵੇ। ਇਸ ਮੂਵੀ ਨੂੰ ਦੇਖ ਕੇ ਤੁਸੀਂ ਜ਼ਰੂਰ ਰੱਬ ਦਾ ਨਾਮ ਲਓਗੇ, ਇਹ ਰੱਬ ਨਾਲ ਜੋੜ ਰਹੀ ਹੈ, ਸਭ ਤੋਂ ਵੱਡੀ ਗੱਲ ਇਹ ਹੈ ਜੀ। ਦਰਸ਼ਕ ਹੈ ਜਿਹੜੇ ਪਿਕਚਰ ਦੇਖ ਕੇ ਆਏ ਆ, ਹੁਣ ਪ੍ਰੀਮੀਅਰ ਦੇਖਿਆ, ਉਹਨਾਂ ਨੇ ਕੈਸੀ ਲੱਗੀ ਸਰ ਫਿਲਮ? ਹਾਂਜੀ, ਮੇਰਾ ਨਾਮ ਗੁਲਸ਼ਨਦੀਪ ਹੈ ਜੀ। ਮੂਵੀ ਦੇਖਿਆ, ਬਹੁਤ ਜ਼ਬਰਦਸਤ ਮੂਵੀ ਹੈ, ਧਾਰਮਿਕ ਮੂਵੀ ਹੈ, ਇਮੋਸ਼ਨਲ ਮੂਵੀ ਹੈ, ਬੰਦੇ ਨੂੰ ਰੋਣਾ ਆਉਂਦਾ ਹੈ, ਦਿਖਾਇਆ ਹੋਇਆ ਇਹ 'ਚ ਮਤਲਬ ਕਿ ਬੰਦੇ ਨੂੰ ਰੋਜ਼ ਸਵੇਰੇ ਉੱਠ ਕੇ ਰੱਬ ਦਾ ਨਾਮ ਲੈਣਾ ਚਾਹੀਦਾ ਹੈ, ਰੱਬ ਦੇ ਭਾਣੇ 'ਚ ਰਹਿਣਾ ਚਾਹੀਦਾ ਹੈ, ਕਰਮਾਂ ਦੀ ਸਜ਼ਾ ਸਾਨੂੰ ਕਿਸੇ ਜਨਮ 'ਚ ਮਿਲੂਗੀ, ਮਤਲਬ ਫੁੱਲੀ ਦਿਖਾਇਆ ਗਿਆ। ਮਤਲਬ ਨਹੀਂ ਤਾਂ ਆਪਾਂ ਲਵ ਸਟੋਰੀਜ਼ ਦੇਖਦੇ ਹਾਂ ਜਾਂ ਅੱਕ ਜਾਂਦੇ ਇੱਕ ਉਸ ਤਰ੍ਹਾਂ ਦੀ ਸਟੋਰੀਜ਼, ਬਹੁਤ ਮਤਲਬ ਇਹਨਾਂ ਨੇ ਵਧੀਆ ਕੰਸੈਪਟ ਦਿੱਤਾ ਇਹਨਾਂ ਨੇ, ਕਿ ਧਾਰਮਿਕ ਬੱਚਿਆਂ ਨੂੰ ਵੀ ਕੁਝ ਸਿੱਖ ਮਿਲਿਆ, ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਵਧੀਆ ਰਸਤੇ 'ਤੇ ਤੁਰਨ, ਮਤਲਬ ਬਹੁਤ ਜ਼ਬਰਦਸਤ ਮੂਵੀ ਹੈ, ਹਰੇਕ ਨੂੰ ਦੇਖਣੀ ਚਾਹੀਦੀ ਹੈ। ਦਿਖਾਇਆ ਗਿਆ ਜੇ ਰੱਬ ਦਾ ਨਾਂ ਲਉਂਗੇ ਰੱਬ ਹਮੇਸ਼ਾ ਪ੍ਰੋਟੈਕਸ਼ਨ ਕਰੂਗਾ ਤੁਹਾਡੀ, ਇਸ ਮੂਵੀ ਤੋਂ ਮਤਲਬ ਦਿਸਦਾ। ਬਹੁਤ ਜ਼ਬਰਦਸਤ ਐਕਟਿੰਗ ਕੀਤੀ ਹੈ, ਰੂਪੀ ਗਿੱਲ ਮੈਮ ਨੇ ਵੀ, ਯੁਵਰਾਜ ਸਿੰਘ ਨੇ, ਸਾਰੇ ਕਿਰਦਾਰਾਂ ਨੇ, ਬਹੁਤ ਵਧੀਆ ਮੂਵੀ ਹੈ ਜੀ, ਸੁਪਰ ਡੁਪਰ ਹਿੱਟ ਹੋਣੀ ਚਾਹੀਦੀ ਹੈ ਆਲ ਓਵਰ ਵਰਲਡ। ਹਾਂਜੀ, ਪਿਕਚਰ ਕੈਸੀ ਲੱਗੀ ਸਰ? ਪਿਕਚਰ ਬਹੁਤ ਬਾਕਮਾਲ ਹੈ ਜੀ। ਫਿਲਮ ਮੇ ਕਾਗੋ ਹੰਸ ਕਰੇ ਜੋ ਸ਼ਬਦ ਹੈ, ਅਗਰ ਇਸਕਾ ਮਤਲਬ ਹਮ ਸਮਝ ਜਾਏ ਤੋ ਹਮਾਰੀ ਜ਼ਿੰਦਗੀ ਬਹੁਤ ਸਾਰੀ ਮੁਸ਼ਕਲੇ ਹੱਲ ਹੋ ਜਾਏਗੀ। ਔਰ ਜੋ ਵਿਸ਼ਵਾਸ ਹੈ, ਅਗਰ ਹਮਾਰਾ ਕਿਸੀ ਚੀਜ਼ ਕੇ ਉੱਪਰ ਵਿਸ਼ਵਾਸ ਜੋ ਦ੍ਰਿੜ ਹੋ, ਵੋ ਹਮੇ ਬਹੁਤ ਸਾਰੀ ਮੁਸ਼ਕਲੋਂ ਸੇ ਆਗੇ ਲੈ ਜਾਂਦੇ ਹੈ, ਕਿ ਜੋ ਪ੍ਰਭੂ ਕੇ ਉੱਪਰ ਵਿਸ਼ਵਾਸ ਹੈ, ਜੋ ਹਮਾਰਾ ਜ਼ਿੰਦਗੀ ਬਹੁਤ ਸਾਰੀ ਮੁਸ਼ਕਲ ਸੇ ਹਮੇ ਵਿਸ਼ਵਾਸ ਹੈ ਨਿਕਲਵਾ ਦੇ।
ਰਜਨੀ ਫਿਲਮ ਦੀ ਸਟਾਰ ਕਾਸਟ ਪਹੁੰਚ ਗਈ ਹੈ ਅਤੇ ਮੀਡੀਆ ਦਾ ਵੀ ਸਾਨੂੰ ਬਹੁਤ ਸਹਿਯੋਗ ਰਿਹਾ ਇਹ ਤਾਂ ਚਲੋ ਇਹ ਬਾਈਟ ਨਹੀਂ ਹੈ ਮੈਂ ਤੁਹਾਡਾ ਪਿਆਰ ਹੀ ਹੈਗਾ ਇਹ ਨਹੀਂ ਕਿ ਜਸ ਬਾਜਵਾ ਜਾਂ ਕੋਈ ਸਾਡਾ ਪ੍ਰੋਡਕਸ਼ਨ ਹਾਊਸ ਮੈਂ ਇਹ ਚਾਹੁੰਦਾ ਕਿ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਇਤਿਹਾਸ ਦੇ ਫਿਲਮਾਂ ਦੇਖੋ ਇਹ ਫਿਲਮ ਸਭ ਤੋਂ ਵੱਡਾ ਸਿਖਾਉਂਦੀ ਹੈ ਪ੍ਰੇਮ ਅਤੇ ਉਸ ਤੋਂ ਬਾਅਦ ਸਿਖਾਉਂਦੀ ਹੈ ਭਰੋਸਾ ਗੁਰੂ ਰਾਮਦਾਸ ਮਹਾਰਾਜ 'ਤੇ ਕਿਵੇਂ ਭਰੋਸਾ ਕਰਕੇ ਬੀਬੀ ਰਾਜਨੀ ਜੀ ਨੇ ਐਡਾ ਲੰਬਾ ਪਿੰਡਾ ਤੈਅ ਕੀਤਾ ਔਰ ਮੈਂ ਬੇਨਤੀ ਕਰੂੰਗਾ ਕਿ ਆਪਦੇ ਪਰਿਵਾਰਾਂ ਨੂੰ ਆਪਦੇ ਜਵਾਕਾਂ ਨੂੰ ਇਹ ਫਿਲਮ ਸਮਝ ਲਗਾ ਕੇ ਲਿਆਇਓ ਅਸੀਂ ਪੰਜਾਬ 'ਚੋਂ ਜਿੰਨੇ ਵੀ ਸਿਹਰਤ ਲੋਕ ਨੇ ਬੁੱਧੀਜੀਵੀ ਲੋਕ ਨੇ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਸਿੱਖੀ ਦੀ ਗੱਲ ਕਰਦੇ ਆ ਧਰਮ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਉਹ ਬੁਲਾਏ ਆ ਭਾਨਾ ਭਾਈ ਸਾਡੇ ਕੋਲ ਕਿਉਂਕਿ ਜੇਕਰ ਸਾਡੇ ਇਤਿਹਾਸ ਦੇ ਫਿਲਮਾਂ ਬਣ ਗਈਆਂ ਤਾਂ ਹੀ ਜਿਹੜਾ ਸਾਡਾ ਇਤਿਹਾਸ ਆ ਆਉਣ ਵਾਲੇ ਸਮੇਂ ਸਾਡੇ ਬੱਚਿਆਂ ਨੂੰ ਪਤਾ ਲੱਗੂਗਾ ਜਿਹੜਾ ਅੱਜ ਦਾ ਦੌਰ ਚੱਲ ਰਿਹਾ ਉਹ ਬੜਾ ਮਾੜਾ ਦੌਰ ਚੱਲ ਰਿਹਾ ਇਤਿਹਾਸ ਦੇ ਨਾਲ ਦੇਖ ਜਾਂਦੇ ਕਿ ਆਪਾਂ ਬੱਚੇ ਟੁੱਟੀ ਜਾਂਦੇ ਨੇ ਇਹੋ ਜਿਹੀਆਂ ਫਿਲਮਾਂ ਬਣ ਗਈਆਂ ਲੇਕਿਨ ਇਹੋ ਜਿਹੇ ਫਿਲਮਾਂ ਅਸੀਂ ਕਾਮਯਾਬ ਕਰਾਂਗੇ ਜੇ ਸਾਡੀ ਆਪਣੀ ਕਾਮਯਾਬੀ ਤਾਂ ਪੰਜਾਬ ਦੀ ਕਾਮਯਾਬੀ ਹੈ ਮੈਨੂੰ ਫਿਲਮ ਨੂੰ ਸਾਰੇ ਜਾਣੇ ਜ਼ਰੂਰ ਦੇਖੋ ਬਾਕੀ ਇਹ ਫਿਲਮ ਦੇਖ ਕੇ ਤੁਹਾਨੂੰ ਮੈਂ ਸਾਰਾ ਰਿਵਿਊ ਵੀ ਦਊਂਗਾ ਵੀ ਕਿਸ ਤਰ੍ਹਾਂ ਦੀ ਫਿਲਮ ਰਹੀ ਹੈ ਬਾਕੀ ਜਿਸ ਪ੍ਰਕਾਰ ਨਾਲ ਨਾਮ ਸੁਣਿਆ ਜਾਂ ਸਾਡੇ ਇਤਿਹਾਸ ਦਾ ਨਾਮ ਹੈ ਫਿਲਮ ਵਧੀਆ ਹੀ ਹੋਣੀ ਹੈ ਬਾਈ ਜਸਵਾ ਇਹ 'ਤੇ ਮਾਣ ਹੈ